ਖੁਸ਼ੀ ਚ ਦੀਵੇ ਸਦਾ ਨੇ ਬਾਲੇ, ਗਮੀ ਚ ਚੁੱਲ੍ਹੇ ਅੱਗ ਨਹੀਂ ਬਾਲੀ। ਜਦੋਂ ਵੀ ਸੋਗ ਆਇਆ ਹੈ ਕੋਈ, ਰੱਦ ਕਰ ਦਿੱਤੀ ਅਸਾਂ ਦੀਵਾਲੀ। ਲੱਟ ਲੱਟ ਮੱਚਦੇ ਸਿਵੇ ਪਏ ਨੇ, ਕਿੱਦਾਂ ਜਸ਼ਨ ਮਨਾਵਾਂ ਮੈਂ। ਚਾਰ ਚੁਫੇਰੇ ਪਏ ਨੇ ਸੱਥਰ, ਦੀਵੇ ਕਿਵੇਂ ਜਗਾਵਾਂ ਮੈਂ। ਮੜੀਆਂ ਵਰਗੀ ਛਾਈ ਖਾਮੋਸ਼ੀ, ਉੱਡ ਰੌਣਕਾਂ ਦੂਰ ਗਈਆਂ। ਅੱਜ ਮੌਤ ਦੀਆਂ ਅੱਖਾਂ ਸਾਨੂੰ ਸਾਹਮਣੇ ਖੜ ਕੇ ਘੂਰ ਰਹੀਆਂ। ਵਿੱਚ ਫਿਜ਼ਾਵਾਂ ਵੈਨ ਗੂੰਜਦੇ, ਘੋੜੀਆਂ ਕਿੱਦਾਂ ਗਾਵਾਂ ਮੈਂ। ਚਾਰ ਚੁਫੇਰੇ ਪਏ ਨੇ ਸੱਥਰ, ਦੀਵੇ ਕਿਵੇਂ ਜਗਾਵਾਂ ਮੈਂ। ਲੱਗ ਗਏ ਜਿੰਦੇ ਸ਼ਹਿਰ ਬਾਜ਼ਾਰੀ, ਹਰ ਕੋਈ ਡਰਿਆ ਫਿਰਦਾ ਏ। ਸਾਹਾਂ ਦਾ ਸਰਮਾਇਆ ਜਾਪੇ, ਹੱਥੋਂ ਜਾਂਦਾ ਗਿਰਦਾ ਏ। ਸਹਿਮੇ ਹੋਏ ਇਸ ਜੱਗ ਨੂੰ ਦੱਸੋ, ਧੀਰਜ ਕਿਵੇਂ ਧਰਾਵਾਂ ਮੈਂ। ਚਾਰ ਚੁਫੇਰੇ ਪਏ ਨੇ ਸੱਥਰ, ਦੀਵੇ ਕਿਵੇਂ ਜਗਾਵਾਂ ਮੈਂ। ਕੰਗ ਕੋਈ ਵੀ ਮੁਲਕ ਨਹੀਂ ਬਚਿਆ, ਜਿੱਥੇ ਮਰੇ ਮਾਸੂਮ ਨਹੀਂ। ਡਾਢਾ ਆਰਡਰ ਇਵੇਂ ਸੁਣਾਵੇ, ਹੁੰਦਾ ਜਿਵੇਂ ਮਾਲੂਮ ਨਹੀਂ। ਜਦੋਂ ਪਤਾ ਇਹ ਜ਼ਹਿਰ ਹੈ ਗੁੜ ਨਹੀਂ, ਫਿਰ ਦੱਸੋ ਕਿਉਂ ਖਾਵਾਂ ਮੈਂ। ਚਾਰ ਚੁਫੇਰੇ ਪਏ ਨੇ ਸੱਥਰ, ਦੀਵੇ ਕਿਵੇਂ ਜਗਾਵਾਂ ਮੈਂ। ਮਲਪੁਰ ਦੇ ਵਿੱਚ ਚਾਰ ਚੁਫੇਰੇ, ਛਾਇਆ ਘੋਰ ਸਨਾਟਾ ਹੈ। ਚੌਧਰੀਆਂ ਨੇ ਘਰ ਭਰ ਲਏ, ਖਾਲੀ ਗਰੀਬ ਦਾ ਬਾਟਾ ਹੈ। ਸਭ ਮੁਲਾਜੇ ਪੂਰਦੇ ਫਿਰਦੇ, ਕੀ ਆਖ ਸੁਣਾਵਾਂ ਮੈਂ। ਚਾਰ ਚੁਫੇਰੇ ਪਏ ਨੇ ਸੱਥਰ, ਦੀਵੇ ਕਿਵੇਂ ਜਗਾਵਾਂ ਮੈਂ। ਚਾਰ ਚੁਫੇਰੇ ਪਏ ਨੇ ਸੱਥਰ, ਦੀਵੇ ਕਿਵੇਂ ਜਗਾਵਾਂ ਮੈਂ। ਇਸ ਰਚਨਾ ਦੇ ਰਾਈਟਰ ਨੇ ਹਰਪ੍ਰੀਤ ਸਿੰਘ ਪਾਲਾ ਕੰਗ ਜੀ। ਧੰਨਵਾਦ ਦੋਸਤੋ, ਪਸੰਦ ਆਵੇ ਤਾਂ ਸ਼ੇਅਰ ਜ਼ਰੂਰ ਕਰਨਾ।